ਸੱਚਕਾਲ ਦਰਸ਼ਕੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਖਾਸ ਸ਼ੋਅ ਵਿੱਚ ਦਰਸ਼ਕੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੀਸੈਂਟਲੀ ਰਿਲੀਜ਼ ਹੋਈ ਪੰਜਾਬੀ ਮੂਵੀ ਝੱਲੇ ਦਾ ਰਿਵਿਊ ਇਸ ਮੂਵੀ ਦੀ ਸਟਾਰ ਕਾਸਟ ਦੀ ਜੇ ਗੱਲ ਕਰੀਏ ਤਾਂ ਇਸ ਮੂਵੀ ਵਿੱਚ ਬੀਨੂ ਢਿੱਲੋਂ ਸਰਗੁਣ ਮਹਿਤਾ ਪਵਨ ਮਲਹੋਤਰਾ ਜਤਿੰਦਰ ਕੌਰ ਤੇ ਕਈ ਹੋਰ ਪੰਜਾਬੀ ਆਰਟਿਸਟ ਸਾਨੂੰ ਦੇਖਣ ਨੂੰ ਮਿਲਣਗੇ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ ਖੁਦ ਬੀਨੂ ਢਿੱਲੋਂ ਨੇ ਤੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਅਮਰਜੀਤ ਸਿੰਘ ਨੇ ਜੋ ਕਿ ਇਸ ਮੂਵੀ ਦੇ ਰਾਈਟਰ ਵੀ ਨੇ ਗੱਲ ਕਰੀਏ ਇਸ ਮੂਵੀ ਦੀ ਸਟੋਰੀ ਲਾਈਨ ਦੀ ਤਾਂ ਇਸ ਮੂਵੀ ਵਿੱਚ ਦਿਖਾਇਆ ਗਿਆ ਹੈ ਕਿ ਨੀਨਾ ਯਾਨੀ ਕਿ ਸਰਗੁਣ ਮਹਿਤਾ ਤੇ ਬੱਲੂ ਯਾਨੀ ਕਿ ਬੀਨੂ ਢਿੱਲੋਂ ਦੋਵੇਂ ਜਿਹਨੇ ਸਫ਼ਰ ਕਰਦੇ ਨੇ ਇੱਕ ਸਾਈਕੋਲੋਜੀਕਲ ਡਿਸਆਰਡਰ ਦੇ ਨਾਲ ਦੋਵੇਂ ਜਿਹਨੇ ਆਪਣੀ ਫੈਮਲੀਜ਼ ਦੇ ਨਾਲ ਰਹਿੰਦੇ ਨੇ ਜੋ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਪਰ ਇਹਨਾਂ ਦੇ ਬਿਹੇਵੀਅਰ ਦੇ ਨਾਲ ਐਡਜਸਟ ਨਹੀਂ ਕਰ ਪਾਉਂਦੇ ਕਿਸਮਤ ਦੇ ਨਾਲ ਇਹ ਦੋਵੇਂ ਜਿਹਨੇ ਇੱਕ ਦੂਸਰੇ ਨੂੰ ਮਿਲਦੇ ਨੇ ਤੇ ਇੱਕ ਦੂਜੇ ਦੇ ਨਾਲ ਪਿਆਰ ਕਰ ਬੈਠਦੇ ਨੇ ਕਿ ਇਹਨਾਂ ਦੀ ਫੈਮਲੀਜ਼ ਨੂੰ ਇਹਨਾਂ ਦੇ ਰਿਸ਼ਤਾ ਮਨਜ਼ੂਰ ਹੁੰਦਾ ਹੈ ਜਾਂ ਨਹੀਂ ਇਹ ਤਾਂ ਮੂਵੀ ਦੇਖਣ 'ਤੇ ਹੀ ਪਤਾ ਲੱਗੇਗਾ ਆ ਹੁਣ ਦੇਖਦੇ ਆ ਰਿਵਿਊ ਉਹਨਾਂ ਲੋਕਾਂ ਦਾ ਜਿਹੜੇ ਇਸ ਮੂਵੀ ਨੂੰ ਦੇਖਣ ਗਏ ਨੇ ਰੋਮਾਂਟਿਕ ਮੂਵੀ ਹੈ ਮੂਵੀ ਮੈਸੇਜ ਦੇਣ ਵਾਲੀ ਹੈ ਬੈਸਟ ਮੂਵੀ ਸੀ ਵਧੀਆ ਭਾਜੀ ਬਹੁਤ ਹੀ ਵਧੀਆ ਬਿੰਨੁ ਢਿੱਲੋਂ ਐਂਡ ਸਰਗੁਣ ਕੀ ਵੀ ਬਹੁਤ ਅੱਛੀ ਜੀ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਮੂਵੀ ਵੰਡਰਫੁਲ ਹੈ ਜੀ ਬਹੁਤ ਵਧੀਆ ਮੂਵੀ ਫੁੱਲ ਇੰਜੋਏ ਕੀਤਾ ਸਸਪੈਂਸ ਵੀ ਹੈਗਾ ਰੋਮਾਂਸ ਵੀ ਹੈਗਾ ਐਕਟਿੰਗ ਬਿੰਨੁ ਢਿੱਲੋਂ ਦੀ ਐਂਡ ਸਰਗੁਣ ਮੈਂ ਵਧੀਆ ਸੀ ਮੈਂ ਹਾਂ ਕਾਫੀ ਵਧੀਆ ਐਕਟਿੰਗ ਸੀ ਸਾਰਿਆਂ ਦੀ ਕਨਸੈਪਟ ਡਿਫਰੈਂਟ ਸੀਗਾ ਕਾਫੀ ਸਟਾਰ ਕਿੰਨੇ ਦੇਣਾ ਚਾਹੁੰਦੇ 5 ਸਟਾਰ ਬਹੁਤ ਅੱਛੀ ਮੂਵੀ ਹੈ ਪੂਰੀ ਫੈਮਲੀਆਂ ਦੇਖ ਸਕਦੇ ਨੇ ਬੈਠ ਸਕਦੇ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਮੂਵੀ ਦੇ ਰਿਵਿਊ ਦੇ ਨਾਲ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ